ਕਰਦੇ ਹਾਂ ਜੀ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ। ਅੱਜ ਦੀ ਬਲੌਗ ਦੀ ਸ਼ੁਰੂਆਤ ਕਰ ਰਹੇ ਹਾਂ ਅਸੀਂ ਹਨੇਰੇ ਵਿੱਚ, ਕਿਉਂਕਿ ਅਸੀਂ ਆਏ ਹੋਏ ਹਾਂ ਮਿੱਲ ਮਕੇਰੀਆਂ ਗੰਨਾ ਮਿੱਲ। ਬਲੌਗ ਦਾ ਬਲੌਗ ਸ਼ੁਰੂ ਕਰਨਾ ਸਾਨੂੰ ਭੁੱਲ ਗਿਆ ਸੀ ਉੱਥੇ, ਮੈਂ ਕਿਹਾ ਚਲੋ ਮਿੱਲ 'ਚ ਸ਼ੁਰੂ ਕਰ ਦਿੰਦੇ ਹਾਂ। ਅੱਗੇ ਤੋਂ ਅੱਗੇ ਤੁਹਾਨੂੰ ਹੁਣ ਫਿਰ ਕਾਹਦੇ ਬਲੌਗ ਆਇਆ ਕਰਨਗੇ, ਗੰਨੇ ਦੇ ਬਲੌਗ ਆਇਆ ਕਰਨਗੇ ਹੁਣ। ਅਤੇ ਟਾਈਮ ਰਾਤ ਦੇ ਕਿੰਨੇ ਵਜੇ, 9 ਵੱਜ ਗਏ ਆ, ਰਾਤ ਦੇ 9 ਵੱਜ ਗਏ ਆ ਟਾਈਮ, ਅਤੇ ਬਾਕੀ ਹਾਲੇ 2 ਘੰਟੇ ਲੱਗ ਜਾਣੇ ਹੋਰ। ਦੇਖੋ ਕਦੋਂ ਤੱਕ ਟੋਕਨ ਲੱਗਦਾ, ਪਹਿਲਾਂ ਟੋਕਨ ਲੱਗੂਗਾ, ਉਸ ਤੋਂ ਬਾਅਦ ਫਿਰ ਕੱਲ੍ਹ ਵਾਰੀ ਆਊਗੀ ਖਾਲੀ ਕਰਾਉਣ ਦੀ, ਫਿਰ ਤੁਹਾਨੂੰ ਦੱਸਾਂਗੇ ਅੰਦਰੋਂ ਮਿਲ ਦਿਖਾਵਾਂਗੇ, ਦੱਸਾਂਗੇ ਕਿੱਦਾਂ ਟਰਾਲੀ ਖਾਲੀ ਹੁੰਦੀ ਹੈ, ਕਿੱਦਾਂ ਹਿਸਾਬ ਕਰਾਂ ਸਾਰਾ। ਬਾਕੀ ਮਿਲਦੇ ਹਾਂ ਜਦੋਂ ਟੋਕਨ ਲੱਗਦੇ ਉਦੋਂ ਤੁਹਾਨੂੰ ਮਿਲਦੇ। ਇਹ ਵੀ ਦੱਸ ਦੇ ਨਾ ਕਿੱਦਾਂ ਤੰਗ ਕਰਦੇ ਮਿਲ ਵਾਲੇ, ਅਤੇ ਮਿਲ ਵਾਲੇ ਬਹੁਤ ਤੰਗ ਕਰਦੇ, ਕਹਿੰਦੇ ਖੋਰੀ ਨਹੀਂ ਆਉਣੀ ਚਾਹੀਦੀ ਨਾਲ ਟਰਾਲੀ, ਬਿਲਕੁਲ ਸਾਫ਼ ਸੁਥਰੀ ਲਿਆਓ ਗੰਨਾ, ਦਿਖਾ ਦੇ ਆਪਣਾ ਗੰਨੇ 'ਚੋਂ ਖੋਰੀ ਆਉਣੀ ਹੈ, ਹੋਰ ਦਾਣੇ ਥੋੜ੍ਹੀ ਆਉਣੇ। ਬੈਠੇ ਦੇ ਹੁਣ ਵੇਟ ਕਰਨੇ ਆ, ਚਾਹ ਪੀ ਜਾਂਦੇ ਹਰ ਘੰਟੇ ਬਾਅਦ, ਕੀ ਮਿਲਦੇ ਆ ਤੁਹਾਨੂੰ ਜਦੋਂ ਪਰਚੀਆਂ ਵਾਲੇ ਆਉਂਦੇ ਟੋਕਨ ਦੇਣ ਆਉਂਦੇ, ਤੁਹਾਨੂੰ ਦਿਖਾਵਾਂਗੇ ਕਿਹੜਾ ਟੋਕਨ ਦਿੰਦੇ ਆ। ਕੀ ਆਹ ਬੰਦਾ ਕਹਿੰਦਾ ਮੈਂ ਕੈਮਰੇ ਸਾਹਮਣੇ ਨਹੀਂ ਆਉਣਾ, ਮੈਨੂੰ ਕੈਮਰੇ ਸਾਹਮਣੇ ਲੈ ਕੇ। ਇਹ ਆਪਣਾ ਟਰੈਕਟਰ, ਆਹ ਟਰਾਲੀ ਦੇਖ ਲਓ ਇੱਕ ਵਾਰੀ, ਆਹ ਡਾ ਮੰਜਾ, ਜਦੋਂ ਰਾਤ ਨਹੀਂ ਘਰ ਜਾਣਾ ਹੋਵੇ ਤਾਂ ਇੱਥੇ ਚੁੱਪ ਕਰਕੇ ਸੋ ਜਾਓ। ਬਾਕੀ ਪਿੱਛੇ ਦਾ ਵਿਊ ਟਰਾਲੀ ਦਾ ਕੁਛ ਇੱਦਾਂ ਦਾ ਆ, ਬੰਦਾ ਹੋਵੇ ਮਿਹਨਤੀ ਕੰਮ ਅੜੇ ਕਿਉਂ, ਨੀਅਤ ਹੋਵੇ ਸਾਫ਼ ਭੁੱਖਾ ਮਰੇ ਕਿਉਂ। ਠੀਕ ਹੈ ਜੀ, ਬਾਕੀ ਇੱਧਰ ਵੀ ਕੁਛ ਇੱਦਾਂ ਆ, ਬਾਕੀ ਗੰਨੇ ਨੂਰ ਮਹਿਲ ਦੀ ਟਰਾਲੀ ਕਹਿੰਦੇ, ਨੂਰ ਮਹਿਲ ਦੀ ਬਿਲਗੇ ਦੀ। ਇਹ ਟਰੈਕਟਰ ਸਾਡੇ ਪਿੰਡ ਦਾ ਹੀ ਆ, ਸਾਡੇ ਚਾਚੇ ਦਾ, ਚਾਚਾ ਹੀ ਲੱਗਦੇ ਸਾਡੇ ਉਹਨਾਂ ਦਾ ਹੀ ਗੰਨਾ ਅਤੇ ਉਹਨਾਂ ਦਾ ਟਰੈਕਟਰ। ਟਾਈਮ 11 ਵੱਜ ਗਏ ਆ, ਹੁਣ ਨੰਬਰ ਆਇਆ ਆਪਣਾ, ਹਾਲੇ ਟੋਕਨ ਲੱਗਣਾ ਆ, ਕੱਲ੍ਹ 11 ਵਜੇ ਖਾਲੀ ਹੋਣੀ ਰਾਤ ਨੂੰ, ਹੁਣ ਲੈਣ ਤੁਰੇਗੀ ਅੱਗੇ ਅੱਗੇ, ਫਿਰ ਆਪਣਾ ਟੋਕਨ ਲੱਗਣਾ ਅੱਗੇ। ਪਰਚੀ ਤੁਹਾਨੂੰ ਦੱਸਦੇ ਹਾਂ ਕਿੱਥੇ ਪਰਚੀ ਮਿਲਣੀ, ਟੋਕਨਾਂ ਨੂੰ ਕੀ ਹੈ ਮਿਲ, ਇਹ ਹੁੰਦਾ ਟੋਕਨ ਨੰਬਰ 231। ਉਹਨਾਂ ਨੇ ਸਾਡੇ ਕੋਲ ਗੰਨੇ ਵਾਲੀ ਪਰਚੀ ਲੈ ਲਈ ਹੈ ਅਤੇ ਟੋਕਨ ਨੰਬਰ ਦੇ ਤਾ, ਹੁਣ ਇੱਥੇ ਲੈਣ 'ਚ ਟਰਾਲੀ ਲੱਗ ਜਾਣੀ ਆ, ਕੱਲ੍ਹ ਆ ਕੇ ਖਾਲੀ ਕਰਾਵਾਂਗੇ, ਫਿਰ ਖਾਲੀ ਕਰਾਉਂਦੀ ਦੱਸਾਂਗੇ ਤੁਹਾਨੂੰ ਨਾਲੇ। ਲਓ ਜੀ ਆਪਾਂ ਤੇ ਟਰਾਲੀ ਖੜੀ ਕਰਤੀ ਲੈਣ 'ਚ, ਆ ਬਾਕੀ ਟਰਾਲੀਆਂ ਲੈਣ 'ਚ ਜਾ ਰਹੀਆਂ ਆ, ਆਪਾਂ ਤੇ ਆਪਣੀ ਖੜੀ ਕਰ ਰਹੇ ਹਾਂ। ਜੀ ਹੁਣ ਆਪਾਂ ਜਾ ਰਹੇ ਹਾਂ ਮਕੇਰੀਆਂ ਪੁਲਿਸ ਸਟੇਸ਼ਨ, ਕੋਈ ਕਾਂਡ ਹੋ ਗਿਆ ਤੁਹਾਨੂੰ ਦੱਸਦੇ ਹਾਂ ਬਾਅਦ ਵਿੱਚ। ਰਾਤ ਨੂੰ 11:30 ਦਾ ਟਾਈਮ ਹੋ ਗਿਆ ਅਤੇ ਪੁਲਿਸ ਸਟੇਸ਼ਨ ਜਾ ਰਹੇ ਆਪਾਂ, ਦੇਖੀ ਧਿਆਨ ਨਾਲ ਗੱਡੀ ਲੰਘ ਲੈਂਦੇ। ਦੇਖੋ ਜੀ ਇਹ ਹੈਗੀ ਥਾਣੇ ਵਾਲੀ ਗਲੀ ਆਪਣੀ, ਆਹ ਬੱਸ ਸਟੈਂਡ, ਆਹ ਥਾਣੇ ਵਾਲੀ ਗਲੀ। ਆਪਾਂ ਮਕੇਰੀਆਂ ਥਾਣੇ ਵਿੱਚ ਪਹੁੰਚ ਗਈਆਂ ਜੀ, ਥਾਣੇ 'ਚ ਪੁੱਜ ਗਈਆਂ ਆਪਾਂ, ਹੋ ਆਏ ਹਾਂ, ਕੰਮ ਸਾਡਾ ਪੈਂਡਿੰਗ ਹੋ ਗਿਆ ਆ ਕਹਿੰਦੇ ਸਵੇਰੇ, ਉਹ ਤੁਹਾਨੂੰ ਦੱਸਾਂਗੇ ਹੱਲ ਹੋਣ ਤੋਂ ਬਾਅਦ ਵਿੱਚ ਕੀ ਗੱਲ ਹੋਈ ਸੀ ਕੀ ਨਹੀਂ ਹੋਈ ਸੀ। ਬਾਕੀ ਆਹ ਦੇਖੋ ਜੀ ਆਪਣਾ ਬਾਜ਼ਾਰ ਮੇਨ ਸ਼ਹਿਰ, ਮਕੇਰੀਆਂ ਦੀ ਸੈਰ ਹੋ ਰਹੀ ਹੈ ਰਾਤ 11:30 ਵਜੇ। ਇਹ ਕਿਹੜਾ ਚੌਂਕ ਹੈ ਕਹਿੰਦੇ ਮਾਤਾ ਰਾਣੀ ਚੌਂਕ ਆ ਗਿਆ, ਟਰਾਲੀ ਖੜ ਗਈ ਆ।
पाना। लो जी आ गए जी एम ए फाटक ते। सारी सुन बाकी मिलते थानू घर जाके। हाँ जी हूँ आ गए आप घर। टाइम तकरीबन 12:30 का हो गया है। तो आप गए मिल में थानू दस्या सी उत्थे मुंडा नाल ही बिक्की इन्हू कोई फोन लाता मुंडा सीधा बोलता फोन ला के बंदा पता नहीं कौन है। फिर आप उत्थे चले गए पुलिस स्टेशन जाके कंप्लेंट लिखानी सी। फिर वो कहते हैं कि सवेरे आयो टाइप करा के दे दियो करके सवेरे जावे हूँ। बाकी कहते हल हो जाएगा दो घंटे पता लग जाएगा बंदा कौन है कौन नहीं है। बाकी उम्मीद करते हैं तुम ब्लॉग वधिया लगा होगा। हाँ जी ठाकर साहब कुछ कहना चाहोगे? ठीक है। बाकी ट्राली जी खाली करा जाना आप अगले ब्लॉग तुम दसागे कि खाली होंगी कि हिसाब किताब है अंदरों मिल दिखावे नाले। बाकी इतने तक ब्लॉग देखने का बहुत बहुत धन्यवाद। ब्लॉग आप बहुत टाइम बाद पाया क्योंकि पा ही दईए शकल शुकल लोगों को दिखा दी अपनी भी आप। बाकी और कुछ चलो ठीक है ओके बाय बाय।